पूरी दुनिया दे विच वैश्विक महामारी कोरोना वायरस फैल चुका है। इस घातक बीमारी नावल कोरोना वायरस की चैन तोड़न दे लई पूरे भारत नूं लॉकडाउन किया गया है। पुलिस नूं सख्त आदेश दिते गए ने कि करफ्यू के हुक्मां की पालना करवाई जाए, किसी नूं भी घरों बाहर ना आन दिता जाए। इस घातक बीमारी के होने के बावजूद जे पंजाब पुलिस के जवानों की गल करिए तो दिन रात सड़कों पर खड़े होकर तनदेही के नाल अपनी ड्यूटी कर रहे हैं। जिके खास है कि कर्फ्यू के दौरान SDM रजनीश अरोड़ा ने बेसहारे लोगों को लंगर खिलवाया। यह तस्वीर तरन तारण दिया ने। जिके खास है कि इस मौके पर SDM रजनीश अरोड़ा ने कुछ समाजिक संस्थावां नूं मदद की अपील की। उन्हों का कहना सी कि इन हालातों के किसी भी मुश्किल का सामना नहीं कर दिता जाएगा। ਸਪਲਾਈ ਦੀ ਯਕੀਨੀ ਬਣਾਈ ਜਾ ਰਿਹਾ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ MLA ਸਾਹਿਬ ਵੱਲੋਂ ਆਪਣੇ ਪੱਧਰ 'ਤੇ ਹੀ ਉਪਰਾਲੇ ਲੋਕਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਨੇ। ਇੱਕ ਸੰਸਥਾ ਮੇਰੇ ਕੋਲ ਆਈ ਸੀ ਜਿਹੜੀ ਪੀਰਾਂ ਦੀ ਜਗ੍ਹਾ ਹੈਗੀ ਹੈ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਮੁਹੱਲਾ ਮੁਰਾਦਪੁਰਾ ਵਿਖੇ ਜਿਹੜਾ ਲੰਗਰ ਵਰਤਾ ਰਹੇ ਹਾਂ, ਹਰ ਘਰ ਦੇ ਵਿੱਚ ਜਿਹੜਾ ਲੋੜਵੰਦ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ। ਸਰ ਕਿੰਨੀ ਗੈਦਰਿੰਗ ਦੇ ਲੋਕਾਂ ਨੂੰ ਇੱਥੇ ਲੰਗਰ ਦਿੱਤਾ ਗਿਆ ਜੀ? ਕਿੰਨੀ ਕਿੱਥੇ ਸਰ? 500 ਦੇ ਕਰੀਬ ਬੰਦਿਆਂ ਨੂੰ ਲੰਗਰ ਦਿੱਤਾ ਜਾਏਗਾ। ਸਰ ਡੇਲੀ ਇਤਨੇ ਬੰਦੇ ਜਾਇਆ ਕਰੂਗਾ? ਇਹ 5 ਦਿਨ ਨਾਲ ਕਿਹਾ ਜੀ, 5 ਦਿਨ ਅਸੀਂ ਲੰਗਰ ਦੇਵਾਂਗੇ। 2-3 ਸੰਸਥਾਵਾਂ ਮੇਰੇ ਨਾਲ ਹੋਰ ਜੁੜੀਆਂ ਵੇ, ਉਹ ਆਏ ਨੇ NGO ਵਗੈਰਾ, ਉਹ ਵੀ ਅਸੀਂ ਸਪਲਾਈ ਕਰਾਂਗੇ। ਰਾਤ ਦਾ ਲੰਗਰ ਉਹਨਾਂ ਦਾ ਤੁਹਾਨੂੰ ਸਪਲਾਈ ਕਰਾਵਾਂਗੇ। ਬਾਕੀ ਸੰਸਥਾ ਨੂੰ ਕੀ ਅਪੀਲ ਕਰਦੇ ਤੁਸੀਂ? ਵੇਖੋ ਜੀ, ਵੱਧ ਚੜ੍ਹ ਕੇ ਸਹਿਯੋਗ ਕਰੋ, ਪਰ ਆਪਣੇ ਪੱਧਰ ਪ੍ਰਸ਼ਾਸਨ ਨਾਲ ਲੈ ਕੇ ਚੱਲੋ, ਇੱਕ ਸੋਸ਼ਲ ਡਿਸਟੈਂਸ ਮੇਨਟੇਨ ਰੱਖ ਕੇ, ਤਾਂ ਕਿ ਕਿਸੇ ਨੂੰ ਟੱਚ ਨਾ ਹੋ ਸਕੇ, ਉਹ ਆਪਣਾ ਉਹਦਾ ਪਾਲਣ ਜ਼ਰੂਰ ਕਰੀਏ। ਅਨਿਲ ਜੀ, ਕਿਹੜਾ ਪਿੰਡ ਆ? ਤਰਨਤਾਰਨ। ਅੱਜ ਪ੍ਰਸ਼ਾਸਨ ਜਿਹੜਾ ਵਾ ਲੰਗਰ ਪ੍ਰਸ਼ਾਦਾ ਬਣ ਗਿਆ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਠੀਕ ਹੈ, ਵਧੀਆ ਲੱਗਾ? ਹਾਂਜੀ, ਵਧੀਆ ਲੱਗਾ ਜੀ। ਵਧੀਆ ਲੱਗਾ? ਹਾਂਜੀ। ਅੱਗੇ ਵੀ ਕਦੀ ਆਏ ਕਿ ਪਹਿਲੀ ਵਾਰੀ ਆਏ? ਅੱਜ ਪਹਿਲੀ ਵਾਰੀ ਆਏ ਜੀ। ਸਾਰਿਆਂ ਨੂੰ ਵੰਡ ਕੇ ਗਏ ਰਾਸ਼ਨ? ਹਾਂਜੀ, ਸਾਰਿਆਂ ਨੂੰ ਵੰਡ ਕੇ ਗਏ। ਚੰਗਾ ਉਪਰਾਲਾ ਲੱਗਾ ਜੀ? ਵਧੀਆ ਉਪਰਾਲਾ? ਹਾਂ ਹਾਂ, ਵਧੀਆ ਲੱਗਾ ਜੀ। ਕਿਹੜਾ ਪਿੰਡ ਆ? ਮੁਰਾਦਪੁਰਾ। ਤੇ ਇਹ ਅੱਜ ਰਾਸ਼ਨ ਵੰਡ ਗਿਆ ਪ੍ਰਸ਼ਾਸਨ, ਕਿਸ ਤਰ੍ਹਾਂ ਦਾ? ਵਧੀਆ ਲੱਗਾ? ਹਾਂਜੀ ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਭਾਈ। ਕਿੰਨੇ ਜੀ ਤੁਹਾਡੇ ਘਰ ਦੇ ਵਿੱਚ? ਸਾਡੇ ਜੀ ਦੇ ਹੈਗੇ 8-10 ਜੀ। ਸਾਰਾ ਰਾਸ਼ਨ ਦੇ ਕੇ ਤੁਹਾਨੂੰ ਘਰ ਦੇ ਵਿੱਚ? ਹਾਂਜੀ ਹਾਂਜੀ। ਪਰਿਵਾਰ ਨੂੰ, ਸਮੂਹ, ਸੇਵਾਦਾਰ ਸਮੂਹ, ਸੰਗਤਾਂ ਨੂੰ ਜੋੜ ਕਰਕੇ, ਸੇਵਾ ਇਕੱਠੀ ਕਰਕੇ, ਗਰੀਬਾਂ ਅਤੇ ਜਿਨ੍ਹਾਂ ਕੋਈ ਰੁਜ਼ਗਾਰ ਨਹੀਂ ਹੈਗਾ, ਮਨ ਤੋਂ ਭੁੱਖੇ, ਉਹਨਾਂ ਦੇ ਘਰ ਘਰ ਪਹੁੰਚਾਇਆ ਜਾ ਰਿਹਾ। ਅਤੇ ਕਿੰਨੇ ਕੁ ਲੋਕਾਂ ਵਿੱਚ ਰਾਸ਼ਨ ਵੰਡਿਆ ਗਿਆ ਵਾ? 2000 ਸੰਗਤ ਦਾ ਰਾਸ਼ਨ ਪਾਣੀ ਬਣਾਇਆ ਮਹਾਰਾਜ, 2000 ਤੱਕ ਅਸੀਂ ਵਰਤਾਉਣਾ ਸ਼ੁਰੂ ਕਰਤਾ ਵਾ। ਜਿੰਨਾ ਪਰਮਾਤਮਾ ਮਿਹਰ ਕਰਨਗੇ, ਉਹ ਤੋਂ ਵੱਧ ਸੇਵਾ ਕਰਾਂਗੇ। ਅਤੇ ਪ੍ਰਸ਼ਾਸਨ, ਪ੍ਰਸ਼ਾਸਨ ਨਾਲ ਲੈ ਕੇ ਵੰਡਿਆ ਵਾ? ਸਭ ਪ੍ਰਸ਼ਾਸਨ ਸਾਡੇ ਨਾਲ ਹੀ ਆ ਜੀ, ਉਹਨਾਂ ਦੀ ਸਹਾਇਤਾ ਨਾਲ ਜੋ ਕੁਝ ਹੋ ਰਿਹਾ ਸਭ ਕੁਝ ਹੋ ਰਿਹਾ। ਤਰਨ ਤਾਰਨ ਤੋਂ ਪਵਨ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।